ਇਹ ਮੋਰ ਆ ਸਾਡੇ ਕੋਲ, ਹੁਣ ਇੱਥੇ ਘਰੇ ਖੁੱਲੇ ਹੀ ਰਹਿੰਦੇ ਆ, ਪਿੰਡ 'ਚ ਵੀ ਜਾ ਵੜਦੇ ਆ, ਪਰ ਬਾਹਲੀ ਦੂਰ ਨਹੀਂ ਜਾਂਦੇ, ਗੇੜਾ ਦੇ ਕੇ ਮੁੜ ਆਉਂਦੇ ਆ। ਜੇ ਇਹਨਾਂ ਨੂੰ ਕੋਈ ਮੰਨ ਲਓ ਵੀ ਭੁੱਖ ਲੱਗਦੀ ਆ, ਚੁੱਲ੍ਹੇ ਕੋਲ ਜਾ ਵੜਦੇ ਆ, ਉੱਥੇ ਫਿਰ ਬੁੜੀਆਂ ਆਉਂਦੀਆਂ, ਉਹ ਕੁਛ ਨਾ ਕੁਛ ਪਾ ਦਿੰਦੀਆਂ ਇਹਨਾਂ ਨੂੰ। ਆਪਾਂ ਆਪਦੇ ਘਰ ਦੀ ਮੇਰ ਕਰਦੇ ਹਾਂ, ਇਹ ਵੀ ਜਿਹੜੀ ਜਗ੍ਹਾ 'ਚ ਰਹਿੰਦੇ ਆ ਉਸ ਜਗ੍ਹਾ ਦੀ ਇਹ ਮੇਰ ਕਰਦੇ ਆ। ਇਹ ਜਿਵੇਂ ਹੁਣ ਇਹ ਇੱਥੇ ਰਹਿੰਦਾ ਮੋਰ, ਜੇ ਕੋਈ ਸਾਡੇ ਟਰਾਲੀ ਲੈਣ ਆ ਜੇ ਤਾਂ ਟਰਾਲੀ ਦੇ ਉੱਤੋਂ ਉਤਰਦਾ ਨਹੀਂ, ਅਤੇ ਉਹ ਅਗਲੇ ਨੂੰ ਮਾਰਨ ਨੂੰ ਵੀ ਜਾਂਦਾ ਵੀ ਇਹ ਮੇਰਾ ਅੱਡਾ ਪੱਟਦਾ ਇੱਥੋਂ। ਜੇ ਮੰਨ ਲਓ ਕੋਈ ਪਸ਼ੂ ਖੁੱਲ ਗਿਆ, ਫਿਰ ਵੀ ਇਹ ਰੌਲਾ ਪਾਉਂਦੇ ਆ ਜੀ। ਇਹਨਾਂ ਨੂੰ ਆਪਦੇ ਨਾਂ ਦਾ ਪਤਾ ਜੀ, ਘਰੋਂ ਬਾਹਰ ਵੀ ਗਏ ਹੋਏ ਆ ਤਾਂ ਆਵਾਜ਼ ਮਾਰੀ ਦੀ ਆ, ਇੱਕ ਅੱਧੇ ਮਿੰਟ ਦੇ ਵਿੱਚ ਉਹਦੀਆਂ ਆ ਜਾਂਦੇ ਆ। ਚੌਲਾਂ ਦੀ ਕਣਕੀ ਤੇ ਗੁੱਲੀ ਡੰਡਾ ਹਰ ਟਾਈਮ ਹੀ ਪਾਇਆ ਹੁੰਦਾ ਜੀ। ਸਵੇਰੇ ਕਬੂਤਰ, ਘੁੱਗੀਆਂ ਤੇ ਤੋਤੇ ਬਹੁਤ ਆਉਂਦੇ ਆ ਜੀ। ਕੋਈ ਕੱਦੂ ਮਿਲ ਗਿਆ ਜੀ ਜਾਂ ਲੱਕੜ ਦੇ ਆਲਣੇ ਬਣਾ ਕੇ ਇਸ ਤਰ੍ਹਾਂ ਲਾਏ, ਜੇ ਕੋਈ ਗੱਤੇ ਦਾ ਕਰਡਾ ਡੱਬਾ ਮਿਲ ਗਿਆ ਉਹ ਲਾਤਾ, ਫਿਰ ਇਹ ਚਿੜੀਆਂ ਵਗੈਰਾ ਉਹਦੇ ਵਿੱਚ ਰਹਿਣ ਲੱਗ ਗਈਆਂ ਜੀ। ਜਿਹੜੇ ਗੋਲੇ ਵਗੈਰਾ, ਇਹਨਾਂ ਨੂੰ ਤੌੜੇ ਲਾਤੇ ਜੀ, ਤੌੜਿਆਂ ਦੇ ਵਿੱਚ ਬੱਚੇ ਕੱਢਦੇ ਆ। ਮੰਨ ਲਓ ਕੁਦਰਤੀ ਤੌਰ 'ਤੇ ਬਾਹਰੋਂ ਦਾਣੇ ਖਤਮ ਹੋ ਗਏ, ਜੇ ਦਾਣੇ ਖੇਤਾਂ ਦੇ ਵਿੱਚ ਵੀ ਆ, ਉੱਥੇ ਲੋਕ ਸਪਰੇਹਾਂ ਲਾ ਲਾ ਕੇ ਧਰ ਦਿੰਦੇ ਆ ਚੂਹੇ ਚਾਹੇ ਮਾਰਨ ਨੂੰ, ਉਹ ਇਹ ਖਾ ਜਾਂਦੇ ਆ, ਵਿਚਾਰੇ ਮਰਦੇ ਆ, ਇਹਨਾਂ ਦੀ ਗਿਣਤੀ ਘੱਟਦੀ ਜਾਂਦੀ ਹੈ। ਕਿੱਥੇ ਇੱਥੋਂ ਚੱਕਦੀਆਂ ਅਤੇ ਇੱਥੋਂ ਹੀ ਆਪਦੇ ਬੱਚਿਆਂ ਨੂੰ ਖਵਾਉਂਦੀਆਂ ਅਤੇ ਉਹਨਾਂ ਨੂੰ ਪਾਲਦੀਆਂ, ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਮੰਨ ਲਓ ਵੀ ਪਹਿਲਾਂ ਤਾਂ ਜਿਹੜੇ ਪਸ਼ੂਆਂ ਵਾਲੇ ਬਰਾਂਡੇ ਹੁੰਦੇ ਸੀ, ਉਹਨਾਂ ਦੇ ਵਿੱਚ ਜਗ੍ਹਾ ਹੁੰਦੀ ਸੀ, ਉੱਥੇ ਆਲਣੇ ਉਲਣੇ ਬਣਾ ਲੈਂਦੇ। ਵੀ ਇਹ ਖਤਮ ਹੋਣ ਲੱਗ ਗਏ, ਲੋਕ ਪੱਕੇ ਘਰ ਪਾਉਣ ਲੱਗ ਗਏ, ਇਹਨਾਂ ਦੇ ਰਹਿਣ ਦੀ ਜਗ੍ਹਾ ਖਤਮ ਹੋ ਗਈ, ਇਹ ਪੰਛੀ ਇੱਥੇ ਆਉਣੋਂ ਹਟ ਗਏ। ਫਿਰ ਮੈਂ ਕੋਈ ਕੱਦੂ ਮਿਲ ਗਿਆ ਜੀ ਜਾਂ ਲੱਕੜ ਦੇ ਆਲਣੇ ਬਣਾ ਕੇ ਇਸ ਤਰ੍ਹਾਂ ਲਾਏ, ਜੇ ਕੋਈ ਗੱਤੇ ਦਾ ਕਰਡਾ ਡੱਬਾ ਮਿਲ ਗਿਆ ਉਹ ਲਾਤਾ, ਫਿਰ ਇਹ ਚਿੜੀਆਂ ਵਗੈਰਾ ਉਹਦੇ ਵਿੱਚ ਰਹਿਣ ਲੱਗ ਗਈਆਂ ਜੀ। ਜਿਹੜੇ ਗੋਲੇ ਵਗੈਰਾ, ਇਹਨਾਂ ਨੂੰ ਤੌੜੇ ਲਾਤੇ ਜੀ, ਤੌੜਿਆਂ ਦੇ ਵਿੱਚ ਬੱਚੇ ਕੱਢਦੇ ਆ। ਬਾਕੀ ਇਹਨਾਂ ਨੂੰ ਦਰੱਖਤਾਂ ਦੇ ਉੱਤੇ ਬੋਤਲਾਂ ਦੇ ਵਿੱਚ ਥੱਲੇ ਢੱਕਣਾਂ ਦੇ ਪਾਸੇ ਸਾਈਡਾਂ 'ਤੇ ਗਲੀਆਂ ਕੱਢ ਕੇ ਉਹਨਾਂ ਦੇ ਵਿੱਚ ਕਣਕ ਬਰੀਕ ਕਰਕੇ ਜਾਂ ਗੁੱਲੀ ਡੰਡਾ ਜਾਂ ਚੌਲਾਂ ਦੀ ਕਣਕੀ ਉਹ ਪਾ ਦੇਈਦੀ ਹੈ ਜੀ, ਅਤੇ ਥੱਲੇ ਉਹਦੇ ਪਲੇਟਾਂ ਲਾ ਕੇ ਪਾਣੀ ਪਾ ਦੇਈਦਾ, ਛੱਤ ਦੇ ਉੱਪਰ ਪਾਣੀ ਪਾ ਕੇ ਰੱਖੀਦਾ ਅਤੇ ਦਾਣੇ ਰੱਖੀਦੇ ਆ। ਸਾਡੇ ਕੋਲ 5 ਮੋਰ ਹੈ ਜੀ ਇਸ ਵਕਤ, 3 ਮੋਰਨੀਆਂ ਅਤੇ ਇੱਕ ਵੱਡਾ ਮੋਰ ਆ, ਇੱਕ ਬੱਚਾ ਛੋਟਾ ਉਹ ਵੀ ਮੋਰ ਆ। ਸਾਡਾ ਖੇਤ ਨਹਿਰ ਨਾਲ ਆ ਜੀ, ਅੱਜ ਤੋਂ 10 ਸਾਲ ਪਹਿਲਾਂ ਸਾਨੂੰ ਉੱਥੇ ਖੇਤ ਦੇ ਵਿੱਚੋਂ ਚਰੀ 'ਚੋਂ ਮੋਰਨੀ ਦੇ ਆਂਡੇ ਮਿਲ ਗਏ, ਉੱਤੇ ਵਾਲੇ ਆ ਜੀ, ਉੱਧਰ ਸਾਡਾ ਰੂੜੀ ਨੇ ਉਹਨਾਂ ਨੇ ਮਾਰ ਮੂਰ ਦਿੱਤੀ, ਉਹ ਆਈ ਨਾ, ਫਿਰ ਅਸੀਂ ਉੱਥੋਂ ਆਂਡੇ ਚੱਕ ਲਿਆਂਦੇ ਅਤੇ ਅਸੀਂ ਬੱਚੇ ਕਢਾਲੇ ਜੋ ਮੁਰਗੀ ਥੱਲੇ ਰੱਖ ਕੇ। ਇਹ ਮੋਰ ਆ ਸਾਡੇ ਕੋਲ, ਹੁਣ ਇੱਥੇ ਘਰੇ ਖੁੱਲ੍ਹੇ ਹੀ ਰਹਿੰਦੇ ਆ, ਪਿੰਡ 'ਚ ਵੀ ਜਾ ਵੜਦੇ ਆ ਪਰ ਬਾਹਲੀ ਦੂਰ ਨਹੀਂ ਜਾਂਦੇ, ਗੇੜਾ ਦੇ ਕੇ ਮੁੜ ਆਉਂਦੇ ਆ। ਬਾਕੀ ਇਹਨਾਂ ਨੂੰ ਖਾਣਾ ਦਾਣਾ ਇੱਥੇ ਪਾ ਦੇਈਦਾ, ਇੱਥੇ ਖਾਈ ਜਾਂਦੇ ਆ ਜੀ, ਬਸ ਇੱਥੇ ਹੀ ਬੈਠੇ ਰਹਿੰਦੇ ਆ। ਜੇ ਦਿਲ ਮੰਨਦਾ ਜਦੋਂ ਸਾਂਝ ਹੀ ਹੋ ਗਈ, ਸ਼ਾਮ ਹੋ ਗਈ, ਉਦੋਂ ਗੇੜਾ ਗੂੜਾ ਦੇ ਆਉਂਦੇ ਆ, ਫਿਰ ਆ ਕੇ ਇੱਥੇ ਬੈਠ ਜਾਂਦੇ ਆ। ਜੇ ਇਹਨਾਂ ਨੂੰ ਕੋਈ ਮੰਨ ਲਓ ਵੀ ਭੁੱਖ ਲੱਗਦੀ ਆ, ਜਦੋਂ ਇਹ ਫਿਰ ਉੱਧਰ ਗਾਹਾਂ ਵੀ ਜਾ ਵੜਦੇ ਆ, ਜਿੱਥੇ ਚੁੱਲ੍ਹੇ ਕੋਲ ਜਾ ਵੜਦੇ ਆ, ਉੱਥੇ ਫਿਰ ਬੁੜੀਆਂ ਆਉਂਦੀਆਂ, ਉਹ ਕੁਛ ਨਾ ਕੁਛ ਪਾ ਦਿੰਦੀਆਂ, ਇਹਨਾਂ ਨੂੰ ਰੋਟੀ ਚੂਰ ਕੇ ਪਾਤੀ, ਜਾਂ ਮੈਂ ਅੰਗੂਰ ਲਿਆ ਕੇ ਰੱਖਦਾ, ਅੰਗੂਰ ਪਾ ਦੇਈਦੇ ਆ ਜੀ, ਮੂੰਗਫਲੀ ਪਾ ਦੇਈਦੀ ਆ, ਫਿਰ ਇਹ ਜਦੋਂ ਆਪਦਾ ਖਾ ਪੀ ਕੇ ਫਿਰ ਇੱਥੇ ਆ ਕੇ ਬਹਿ ਜਾਂਦੇ ਆ ਜੀ। ਮੰਨ ਲਓ ਵੀ ਜਿਵੇਂ ਆਪਾਂ ਕੁੱਤਾ ਰੱਖਿਆ ਹੁੰਦਾ ਜੀ ਜਾਂ ਆਪਾਂ ਆਪਦੇ ਘਰ ਦੀ ਮੇਰ ਕਰਦੇ ਹਾਂ, ਇਹ ਵੀ ਜਿਹੜੀ ਜਗ੍ਹਾ 'ਚ ਰਹਿੰਦੇ ਆ ਉਸ ਜਗ੍ਹਾ ਦੀ ਇਹ ਮੇਰ ਕਰਦੇ ਆ। ਇਹ ਜਿਵੇਂ ਹੁਣ ਇਹ ਇੱਥੇ ਰਹਿੰਦਾ ਮੋਰ, ਇਹ ਇੱਥੇ ਆਪਦੀ ਪੂਰੀ ਮੇਰ ਕਰਦਾ, ਜੇ ਕੋਈ ਸਾਡੇ ਟਰਾਲੀ ਲੈਣ ਆ ਜੇ ਤਾਂ ਟਰਾਲੀ ਦੇ ਉੱਤੋਂ ਉਤਰਦਾ ਨਹੀਂ, ਅਤੇ ਉਹ ਅਗਲੇ ਨੂੰ ਮਾਰਨ ਨੂੰ ਵੀ ਜਾਂਦਾ ਵੀ ਇਹ ਮੇਰਾ ਅੱਡਾ ਪੱਟਦਾ ਇੱਥੋਂ। ਅਤੇ ਜਾਨਵਰ ਮੰਨ ਲਓ ਵੀ ਆਪਦੇ ਜਿੱਥੇ ਵੀ ਰਹਿੰਦਾ ਉਹ ਮੇਰ ਕਰਦਾ ਜੀ, ਉਹਨੂੰ ਵੀ ਮਨੁੱਖ ਵਾਂਗੂ ਆਪਦਾ ਇੱਕ ਘਰ ਹੀ ਬਣ ਜਾਂਦਾ ਉਹਦਾ। ਲੋਕ ਇਹ ਵੀ ਕਹਿ ਦਿੰਦੇ ਜੀ ਚਿੜੀਆਂ ਵਗੈਰਾ ਇੱਥੇ ਬਿੱਠਾਂ ਕਰਦੀਆਂ, ਥਾਂ ਖਰਾਬ ਕਰਦੀਆਂ। ਮੰਨ ਲਓ ਜੀ ਉਹ ਕੁਦਰਤ ਨੇ ਉਹਨਾਂ ਨੂੰ ਵੀ ਇੱਥੇ ਰਹਿਣ ਨੂੰ ਜਗ੍ਹਾ ਦਿੱਤੀ ਆ, ਆਪਣੇ ਘਰਾਂ ਵਿੱਚ ਹੀ ਰਹਿਣਾ ਉਹਨਾਂ ਨੇ, ਉਹਨਾਂ ਦਾ ਵੀ ਹਿੱਸਾ ਨਹੀਂ। ਡਰਦੇ ਨਹੀਂ ਇਹ ਗਿੱਜੇ ਹੋਏ ਆ, ਜਦੋਂ ਕੋਈ ਓਪਰਾ ਬੰਦਾ ਆ ਜਾਂਦਾ ਉਦੋਂ ਤਾਂ ਜ਼ਰੂਰ ਡਰਦੇ ਆ ਜੀ, ਉਦੋਂ ਪਾਸੇ ਜਾਂਦੇ ਆ। ਅਤੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਘਰੇ, ਸਾਡੇ ਤਾਂ ਇਹ ਜਮ੍ਹਾਂ ਕੋਲੇ ਫਿਰਦੇ ਰਹਿੰਦੇ, ਹੱਥ 'ਤੇ ਖਾ ਖੂ ਲੈਂਦੇ ਆ,
ਸਾਥੋਂ ਨਹੀਂ ਡਰਦੇ ਜੀ। ਮੰਨ ਲਓ ਵੀ ਇਹ ਇੱਥੇ ਬੈਠੇ ਹੁੰਦੇ ਆ, ਜੇ ਸੱਪ ਵਗੈਰਾ ਆ ਗਿਆ ਉਹਨਾਂ ਨੂੰ ਮਾਰ ਵੀ ਦਿੰਦੇ ਆ, ਇਹ ਮਾਰ ਕੇ ਖਾ ਜਾਂਦੇ ਆ, ਵੀ ਕਿਰਲੀਆਂ ਵੀ ਖਾ ਜਾਂਦੇ ਆ ਜੀ, ਚੂਈਆਂ ਵੀ ਖਾ ਜਾਂਦੇ ਆ। ਮੰਨ ਲਓ ਵੀ ਮਾਸਾਹਾਰੀ ਆਏ, ਕੁਛ ਨਹੀਂ ਛੱਡਦੇ, ਸਾਰਾ ਕੁਛ ਹੀ ਖਾ ਜਾਂਦੇ ਆ, ਅਤੇ ਕੀੜੇ ਵੀ ਖਾ ਜਾਂਦੇ ਆ। ਇੱਥੇ ਸਾਡੇ ਘਰ ਕੀੜਿਆਂ ਦਾ ਭੌਣ ਸੀ, ਇਹ ਉਹ ਵੀ ਖਾ ਗਏ, ਫਾਇਦਾ ਵੀ ਕਰਦੇ ਆ ਜੀ। ਬਾਕੀ ਰਾਤ ਨੂੰ ਇੱਥੇ ਬੈਠੇ ਹੁੰਦੇ ਆ ਜੀ, ਜੇ ਮੰਨ ਲਓ ਕੋਈ ਪਸ਼ੂ ਖੁੱਲ ਗਿਆ ਫਿਰ ਵੀ ਇਹ ਰੌਲਾ ਪਾਉਂਦੇ ਆ ਜੀ, ਜਾਂ ਕੋਈ ਓਪਰਾ ਬਾਹਰੋਂ ਕਈ ਵਾਰੀ ਕੋਈ, ਹੁਣ ਤਾਂ ਮੰਨ ਲਓ ਪਹਿਲਾਂ ਸਾਡੀ ਇੱਧਰਲੀ ਕੰਧ ਢਹਿ ਗਈ ਸੀਗੀ ਜੀ ਆਹ, ਅਤੇ ਉਦੋਂ ਨਾ ਇੱਥੇ ਕੁੱਤੇ ਆ ਜਾਂਦੇ ਸੀ ਓਪਰੇ, ਫਿਰ ਰਾਤ ਨੂੰ ਰੌਲਾ ਪਾਉਣ ਲੱਗ ਜਾਂਦੇ। ਫਿਰ ਉੱਠ ਕੇ ਦੇਖਣਾ ਕੋਈ ਨਾ ਕੋਈ ਕੁੱਤਾ ਵਿਹੜੇ 'ਚ ਫਿਰਦਾ ਹੁੰਦਾ। ਰਾਖੀ ਵੀ ਰੱਖਦੇ ਆ, ਨਾਂ ਵੀ ਰੱਖਿਆ ਵਾ ਜੀ ਇਹਦਾ, ਵੱਡੇ ਦਾ ਨਾਂ ਬਾਜ ਆ, ਇੱਕ ਜਿਹੜਾ ਦੂਜਾ ਛੋਟਾ ਬੱਚਾ ਉਹ ਚੀਕੂ ਆ, ਮੋਰਨੀ ਆ, ਇੱਕ ਉਹਦਾ ਨਾਂ ਹਨੀ ਆ ਜੀ, ਇੱਕ ਦਾ ਨਾਂ ਮਨੀ ਆ। ਇਹਨਾਂ ਨੂੰ ਆਪਦੇ ਨਾਂ ਦਾ ਪਤਾ ਜੀ, ਜਦੋਂ ਮੰਨ ਲਓ ਵੀ ਇਹ ਘਰੋਂ ਬਾਹਰ ਵੀ ਗਏ ਵੇ ਆ ਤਾਂ ਬਾਜ ਮਾਰੀ ਦੀ ਆ, ਤਾਂ ਉਹਦੀ ਇਹ ਇੱਕ ਅੱਧੇ ਮਿੰਟ ਦੇ ਵਿੱਚ ਉਹਦੀਆਂ ਆ ਜਾਂਦੇ ਆ। ਇਹਨਾਂ ਨੂੰ ਅਸੀਂ ਰੁੱਤ ਦੇ ਹਿਸਾਬ ਨਾਲ ਪਾਉਂਦੇ ਹਾਂ, ਜਿਵੇਂ ਸਿਆਲ ਦੇ ਵਿੱਚ ਮੂੰਗਫਲੀ, ਮੱਕੀ, ਸਰੋਂ ਅਤੇ ਰੋਟੀ ਚੂਰ ਕੇ ਪਾ ਦੇਈ ਦੀ ਆ ਜੀ। ਹੁਣ ਜਿਵੇਂ ਗਰਮੀ ਆ ਗਈ, ਹੁਣ ਮੂੰਗਫਲੀ ਮਿਲਦੀ ਆ ਜੀ ਹਜੇ ਤਾਂ, ਪਰ ਹੋਰ ਇੱਕ ਅੱਧੇ ਮਹੀਨੇ ਤੱਕ ਮਿਲਣੋਂ ਹਟ ਜੂ। ਹੁਣ ਇਹਨਾਂ ਨੂੰ ਅਸੀਂ ਪਾਉਂਦੇ ਹਾਂ ਅੰਗੂਰ ਲਿਆਈ ਦੇ ਆ ਜੀ ਦੂਜੇ ਤੀਜੇ ਦਿਨ, ਅਤੇ ਰੋਟੀ ਆਪਣੀ ਇਹਦੇ ਲੱਸੀ ਦੇ ਵਿੱਚ ਚੂਰ ਕੇ ਪਾ ਦੇਈ ਦੀ ਆ, ਉਹ ਖਾ ਜਾਂਦੇ ਆ, ਅਤੇ ਬਾਕੀ ਸਰੋਂ ਪਾ ਦੇਈ ਦੀ ਆ ਜੀ। ਬਾਕੀ ਕਣਕ ਪਾਈ ਵੀ ਆ ਛੱਤ ਦੇ ਉੱਪਰ, ਉਹ ਇਹ ਵੀ ਖਾਂਦੇ ਆ, ਹੋਰ ਜਾਨਵਰ ਵੀ ਖਾਂਦੇ ਆ। ਛੱਤ ਦੇ ਉੱਤੇ ਪਾਣੀ ਦਾ ਰੱਖਿਆ ਵਾ ਭਰ ਕੇ ਬੱਟਲੀ, ਚੌਲਾਂ ਦੀ ਕਣਕੀ ਅਤੇ ਗੁੱਲੀ ਡੰਡਾ ਹਰ ਟਾਈਮ ਹੀ ਪਾਇਆ ਹੁੰਦਾ ਜੀ। ਉੱਥੇ ਸਵੇਰੇ ਕਬੂਤਰ, ਘੁੱਗੀਆਂ ਅਤੇ ਤੋਤੇ ਬਹੁਤ ਆਉਂਦੇ ਆ ਜੀ। ਖਰਚਾ ਤਾਂ ਹੁਣ ਹੋ ਜਾਂਦਾ ਜੀ, ਪਰ ਉਹ ਖਰਚੇ 'ਚ ਨਹੀਂ ਗਿਣਿਆ ਜਾਂਦਾ, ਆਪਾਂ ਆਪ ਵੀ ਖਾਂਦੇ ਹਾਂ, ਜੇ ਇਹਨਾਂ ਨੂੰ ਵੀ ਪਾ ਦਿਆਂਗੇ ਤਾਂ ਵੀ ਕੋਈ ਚੱਕਰ ਨਹੀਂ। ਇੱਕ ਨਾ ਕੁਛ ਲੋਕ ਇਹ ਕਹਿੰਦੇ ਆ ਵੀ ਪੰਛੀਆਂ ਨੂੰ ਕੁਦਰਤੀ ਤੌਰ 'ਤੇ ਰਹਿਣ ਦੇਣਾ ਚਾਹੀਦਾ, ਵੀ ਜਦੋਂ ਆਪਾਂ ਇਹਨਾਂ ਨੂੰ ਦਾਣਾ ਪਾਉਂਦੇ ਹਾਂ ਜਾਂ ਘਰੇ ਗਜਾ ਲੈਂਦੇ ਹਾਂ, ਵੀ ਇਹਨਾਂ ਨੂੰ ਆਪਾਂ ਆਲਸੀ ਬਣਾਉਂਦੇ ਹਾਂ। ਨਹੀਂ ਆਲਸੀ ਤਾਂ ਕਾਹਦਾ ਜੀ, ਇਹ ਆਲਸੀ ਤਾਂ ਜਦੋਂ ਮੰਨ ਲਓ ਕੁਦਰਤੀ ਤੌਰ 'ਤੇ ਬਾਹਰੋਂ ਦਾਣੇ ਖਤਮ ਹੋ ਗਏ, ਜੇ ਦਾਣੇ ਖੇਤਾਂ ਦੇ ਵਿੱਚ ਵੀ ਆ, ਉੱਥੇ ਲੋਕ ਸਪਰੇਹਾਂ ਲਾ ਲਾ ਕੇ ਧਰ ਦਿੰਦੇ ਆ ਚੂਹੇ ਚਾਹੇ ਮਾਰਨ ਨੂੰ, ਉਹ ਇਹ ਖਾ ਜਾਂਦੇ ਆ, ਵਿਚਾਰੇ ਮਰਦੇ ਆ, ਇਹਨਾਂ ਦੀ ਗਿਣਤੀ ਘੱਟਦੀ ਜਾਂਦੀ ਆ ਜੀ। ਹੁਣ ਮੰਨ ਲਓ ਸਾਡੇ ਏਰੀਏ 'ਚ ਕਿਤੇ ਨਹੀਂ, ਬੀੜਾਂ ਬੂੜਾਂ 'ਚ ਉੱਥੇ ਵੀ ਬਹੁਤ ਘੱਟ ਰਹਿ ਗਏ, ਤਾਂ ਜੇ ਹੁਣ ਇਹ ਆਪਾਂ ਘਰੇ ਰੱਖੇ ਆ ਤਾਂ ਇਹਨਾਂ ਦੀ ਗਿਣਤੀ ਵਧੂਗੀ, ਇਹ ਰਾਸ਼ਟਰੀ ਪੰਛੀ ਆ। ਜੇ ਹੁਣ ਆਪਾਂ ਲੋਕ ਇਹਨਾਂ ਦੀ ਨਾਂ ਕਿਆਰ ਕਰਨਗੇ ਤਾਂ ਇਹ ਖਤਮ ਹੋ ਜੂਗਾ ਜੀ, ਰਾਸ਼ਟਰੀ ਪੰਛੀ ਦੇਖਣ ਨੂੰ ਵੀ ਇੱਕ ਦਿਨ ਲੋਕ ਫੋਟੋਆਂ 'ਤੇ ਹੀ ਦੇਖਿਆ ਕਰਨਗੇ। ਜੇ ਇਹਨਾਂ ਦੀ ਲੋਕਾਂ ਨੇ ਨਾ ਸਾਂਭ ਸੰਭਾਲ ਕਰੀ, ਜਾਂ ਬੀੜਾਂ ਦੇ ਵਿੱਚ ਜਿੱਥੇ ਵੀ ਰਹਿੰਦੇ ਆ ਉੱਥੇ ਲੋਕ ਆਸੇ ਪਾਸੇ ਚੂਹਿਆਂ ਨੂੰ ਦਵਾਈ ਧਰ ਦਿੰਦੇ ਆ, ਕਿੱਥੇ ਇੱਥੋਂ ਚੱਕਦੀਆਂ ਅਤੇ ਇੱਥੋਂ ਹੀ ਆਪਦੇ ਬੱਚਿਆਂ ਨੂੰ ਖਵਾਉਂਦੀਆਂ ਅਤੇ ਉਹਨਾਂ ਨੂੰ ਪਾਲਦੀਆਂ, ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਸਾਰੇ ਲੋਕਾਂ ਨੂੰ ਹੀ ਚਾਹੀਦਾ ਜੀ। ਕਈ ਲੋਕ ਕਹਿਣਗੇ ਯਾਰ ਇਹ ਤਾਂ ਤੁਹਾਡੇ ਯਾਰ ਇੱਥੇ ਚਿੜੀਆਂ ਤਾਂ ਰੌਲਾ ਵਾਲਾ ਪਾਉਂਦੀਆਂ, ਇਹ ਰੌਲਾ ਤਾਂ ਵਧੀਆ ਲੱਗਦਾ ਜੀ। ਆਪਣੇ ਗੁਰੂਆਂ ਨੇ ਵੀ ਮੰਨ ਲਓ ਸਰਬੱਤ ਦੇ ਭਲੇ ਦੀ ਗੱਲ ਕਰੀ ਹੈ, ਜਿਵੇਂ ਆਪਾਂ ਖੇਤੀ ਕਰਦੇ ਹਾਂ, ਖੇਤੀ ਦੇ ਵਿੱਚ ਵੀ ਹਰ ਇੱਕ ਜਾਨਵਰ ਦਾ ਹਿੱਸਾ, ਕੋਈ ਉਹ ਚਾਹੇ ਅਵਾਰਾ ਪਸ਼ੂ ਆ, ਚਾਹੇ ਕੋਈ ਜਾਨਵਰ ਆ, ਚਿੜੀਆਂ, ਗੋਲੇ, ਕਬੂਤਰ ਆ, ਕੁਛ ਵੀ ਆ, ਹਰ ਇੱਕ ਦਾ ਉਹਦੇ ਵਿੱਚ ਹਿੱਸਾ ਜੀ। ਹਰ ਇੱਕ ਨੂੰ ਚਾਹੀਦਾ ਵੀ ਕੁਦਰਤ ਦਾ ਜਿਹੜਾ ਨਿਯਮ ਆ ਅਤੇ ਉਹ ਜਾਨਵਰਾਂ ਦਾ ਵੀ ਆਪਾਂ ਨੂੰ ਦਸਵੰਧ ਕੱਢਣਾ ਚਾਹੀਦਾ ਆਪਦੇ ਛੱਤਾਂ ਦੇ ਉੱਪਰ, ਵਿਹੜੇ ਦੇ ਵਿੱਚ, ਜਿੱਥੇ ਵੀ ਲੋਟ ਲਾਦਾ ਉੱਥੇ ਜਾਨਵਰਾਂ ਨੂੰ ਵੀ ਦਾਣੇ ਪਾਓ। ਹੋਰ ਨਹੀਂ ਤਾਂ ਜਦੋਂ ਕਣਕ ਦਾ ਆਪਾਂ ਝਾਰ ਲਵਾਉਂਦੇ ਹਾਂ ਉਹਦੇ ਗੁੱਲੀ ਡੰਡਾ ਨਿਕਲਦਾ, ਚੌਲਾਂ 'ਚੋਂ ਟੁੱਟ ਨਿਕਲਦੀ ਆ, ਉਹ ਤੁਸੀਂ ਵੇਚੋ ਨਾ। ਉਹ ਮੰਨ ਲਓ ਜੇ ਤੁਸੀਂ 1,000-1,500 ਦਾ ਵੇਚ ਵੀ ਦਿਓਗੇ ਤਾਂ ਉਹ 1,000-1,500 ਕੁਛ ਵੀ ਨਹੀਂ। ਜੇ ਤੁਸੀਂ ਉਹ ਘਰੇ ਰੱਖੋਗੇ ਤਾਂ ਤੁਹਾਡੇ ਜਾਨਵਰਾਂ ਨੂੰ ਪਾਓਗੇ ਤਾਂ ਤੁਹਾਨੂੰ ਆਪਦੇ ਸਕੂਨ ਵੀ ਮਿਲੂਗਾ, ਤੁਹਾਡੇ ਆਸੇ ਪਾਸੇ ਜਾਨਵਰ ਵੀ ਬੋਲਣਗੇ
ਅਤੇ ਪੰਛੀ ਬੋਲਣਗੇ, ਮੰਨ ਲਓ ਵੀ ਸੰਤੁਸ਼ਟੀ ਮਿਲੂ ਆਪਦੇ ਸਰੀਰ ਨੂੰ ਵੀ ਯਾਰ ਆਪਾਂ ਇੱਕ ਵਧੀਆ ਪੁੰਨ ਦਾ ਕੰਮ ਕਰਦੇ ਹਾਂ।